ਲਓ ਜਨਾਬ ਹਮੀਪੁਰ ਬੰਗਲੇ ਦਾ ਤੁਹਾਨੂੰ ਜਨਾਬ ਵਿਜ਼ਿਟ ਕਰ ਰਿਹਾ ਅਤੇ ਅੱਜ 10 ਤਰੀਕ ਅਤੇ 10 ਤਰੀਕ ਨੂੰ ਜਨਾਬ ਇੱਥੇ ਮੰਡੀ ਲੱਗਦੀ ਹਰ 10 ਦੀ 10 ਡੰਗਰਾਂ ਦੀ ਜਾਨਵਰਾਂ ਦੀ ਘੋੜਿਆਂ ਦੀ ਸਭ ਨਾਲੋਂ ਵੱਡੀ ਮੰਡੀ ਪਾਕਿਸਤਾਨ ਦੇ ਵਿੱਚ ਅਗਰ ਤੁਸੀਂ ਕਹੋ ਤਾਂ ਸਭ ਨਾਲੋਂ ਵੱਡੀ ਮੰਡੀ ਘੋੜਿਆਂ ਦੀ। ਲਓ ਜਨਾਬ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਇੱਥੇ ਕਿਹੜੀ ਕਿਹੜੀ ਨਸਲ ਦੇ ਘੋੜੇ ਘੋੜੀਆਂ ਲੈ ਕੇ ਆਏ ਹੋਏ ਨੇ ਅਤੇ ਜਨਾਬ ਇਨਸ਼ਾਅੱਲਾ ਤਾਲਾ ਇਹਨਾਂ ਦੇ ਰੇਟ ਵੀ ਇਨਸ਼ਾਅੱਲਾ ਦੱਸਣ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਦੇ ਵਿੱਚ ਅਵੇਅਰਨੈਸ ਆਵੇ ਔਰ ਕਿਹੜੇ ਕਿਹੜੇ ਇੱਥੇ ਵਪਾਰੀ ਨੇ ਅਤੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚੋਂ ਆਪਣੀਆਂ ਆਪਣੀਆਂ ਜਾਨਵਰ ਲੈ ਕੇ ਆਏ ਨੇ ਸੇਲ ਆਊਟ ਕਰਨ ਵਾਸਤੇ ਜਨਾਬ ਸਾਰੇ ਅਸੀਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ। ਇਨਸ਼ਾਅੱਲਾ ਇੱਥੋਂ ਹੀ ਪਹਿਲਾਂ ਸ਼ੁਰੂ ਕਰਨਾ ਜਨਾਬ ਇਹ ਘੋੜੀ ਦਿਖਾਉਣਾ। ਵੀਰ ਜੀ ਕਿੰਨੇ ਪੈਸੇ ਜੇ ਘੋੜੀ ਦੇ? 1 ਲੱਖ। ਅੱਛਾ ਜੀ, ਅਤੇ ਇਹ ਨਸਲ ਕਿਹੜੀ ਵੀਰ ਜੀ? ਦੇਸੀ ਜੀ, ਪਿਓਰ ਜੀ। ਠੀਕ ਹੋ ਗਿਆ ਜੀ, ਪਿਓਰ ਦੇਸੀ ਹੈ ਜੀ। ਅਤੇ ਵੀਰ ਜੀ ਇਹਦੀ ਉਮਰ ਕਿੰਨੀ ਹੈ? ਹੈਂ, ਪੱਟੋ ਖਾਮੋ ਇਹਦਾ। ਆ ਤੁਸੀਂ ਪਹਿਲੇ ਬੰਦੇ ਜਿਹਨਾਂ ਨੂੰ ਦੁਆਕ ਕੇ ਨਹੀਂ ਤਾਂ 5 ਹੀ ਆਉਂਦੇ ਨੇ। ਹਾਂ, ਠੀਕ ਹੈ। ਹਾਂ, ਦੋ ਦੋ। ਠੀਕ ਹੋ ਗਿਆ, ਥੋੜ੍ਹਾ ਜਿਹਾ ਇਹਨੂੰ ਟੋਰੋਂਗੇ ਵੀਰ ਜੀ? ਅਤੇ ਅੱਜ ਤੋਂ ਘੋੜੀ ਦਿਓਗੇ ਨਾਲ ਕੜੀ ਵਾਲਾ ਕੜੂ ਲਾ ਵੀ ਦਿਓਗੇ? ਕਾਠੀ ਕੁੱਠੀ, ਕਾਠੀ ਕੁੱਠੀ ਵੀ? ਹਾਂ, ਲਓ ਜੀ ਕਾਠੀ ਵੀ ਨਾਲ ਜੇ ਘੋੜੀ ਦੇ, ਅਤੇ ਕਾਠੀ ਵੀ ਨਵੀਂ ਲਿਆਂਦੀ ਇਹਨਾਂ ਨੇ ਮੈਨੂੰ ਲੱਗਦਾ। ਹਾਂ, ਕੜਿਆਲਾ ਵੀ ਨਵਾਂ, ਇਹਦੇ ਨਾਲ ਹੀ ਹੋਵੇਗਾ। ਅਤੇ 1 ਲੱਖ ਅਤੇ 20 ਇੱਕ, ਇਹਦੇ ਕੱਦ ਕਿੰਨਾ ਕੁ ਹੋਏਗਾ ਇਹਦਾ? ਸਾਡੀਆਂ 6 ਗਿੱਠਾਂ ਕਿ 7 ਗਿੱਠਾਂ? ਅਸੀਂ ਮਾਰ ਕੇ ਗਿੱਠਾਂ, ਅਸੀਂ ਗਿੱਠ ਖੁਰ ਤੋਂ ਰੱਖ ਥੱਲੇ। ਉਹ ਉੱਤੋਂ ਰੱਖ, ਉੱਤੋਂ ਇੱਥੋਂ 2 3 4 5 6 6 ਗਿੱਠਾ ਕਰ ਦੇ ਜੀ। ਲਓ ਜੀ 6 ਗਿੱਠਾ ਕਰ ਦੇ ਜਨਾਬ। ਦੁੱਕ ਵਿਛੇਰੀ ਜੀ, ਕੜਿਆਲਾ ਵੀ ਨਾਲ ਅਤੇ ਕਾਠੀ ਵੀ ਨਾਲ, ਯਾਨੀ 1 ਦੇ ਨਾਲ 2 ਚੀਜ਼ਾਂ ਫ੍ਰੀ। ਅਤੇ ਵੀਰ ਜੀ ਨਾਂ ਕੀ ਆਪਣਾ? ਅੱਲਾ ਦਿੱਤਾ। ਲਓ ਜੀ, ਅੱਲਾ ਦਿੱਤਾ ਮੇਰਾ ਵੀਰ ਹੈ ਤੂੰ, ਅਤੇ ਇਹਦਾ ਨੰਬਰ ਜ਼ਰਾ ਆਪਣਾ ਦੱਸ ਮੋਬਾਈਲ ਦਾ, ਮੋਬਾਈਲ ਦਾ ਨੰਬਰ ਦੱਸ। 0300 10 10 74 93 74 93 0। ਅਤੇ ਆਪਣਾ ਇਲਾਕਾ ਕਿਹੜਾ? ਸਾਡਾ ਜੀ ਇਲਾਕਾ 215 ਕੱਕੂਵਾਣਾ। 215 ਕੱਕੂਵਾਣਾ, ਜੜਾਂ ਵਾਲਾ ਰੋਡ 'ਤੇ। ਅਤੇ ਇੱਕੋ ਘੋੜੀ ਲੈ ਕੇ ਆਇਆ ਜੀ, ਕੋਈ ਹੋਰ ਵੀ ਜਾਨਵਰ ਲੈ ਕੇ ਆਇਆ ਜੀ? ਲਓ ਜੀ, ਲਓ ਜੀ ਅੱਲਾ ਦਿੱਤੇ ਸਾਹਿਬ ਕੋਲ ਮਾਸ਼ਾਅੱਲਾ ਘੋੜੀ ਜੇ। ਅਤੇ ਵੀਰ ਜੀ ਇਹਦੇ 'ਚ ਕੋਈ ਕਮੀ ਪੇਸ਼ੀ ਹੋ ਜਾਏਗੀ? ਹੋ ਜਾਏਗੀ। ਲਓ ਜੀ ਕਮੀ ਪੇਸ਼ੀ ਜਨਾਬ ਹੋ ਜਾਏਗੀ। ਘੋੜੀ ਚੈੱਕ ਕਰੋ, ਮਾਸ਼ਾਅੱਲਾ ਸੋਹਣੀ ਹੈਗੀ, ਹੱਥ ਪੈਰ ਜਿਹੜੇ ਖੁਰ ਨੇ। ਕੋਈ ਲਾਉਣ ਦੀ ਕੋਸ਼ਿਸ਼ ਵੀ ਕੀਤੀ ਜੇ ਕਿ ਹਾਲੇ ਕੋਰੀ ਹੈ? ਬਿਲਕੁਲ, ਕੋਈ ਕੋ ਕੋਰੀ ਇਹ ਲਾਉਣ ਦੀ ਵੀ ਕੋਈ ਥੋੜ੍ਹਾ ਬਹੁਤ ਕੋਈ ਡਾਂਸ ਡੂਨ ਦੇ ਕੋਈ ਸ਼ੌਕ ਸ਼ੌਕ? ਅਸੀਂ ਥੋੜ੍ਹਾ ਜਿਹਾ ਬਹਿ ਕੇ ਅਸੀਂ ਕਰੇਗਾ ਅਸੀਂ ਥੋੜ੍ਹਾ ਨਾ। ਲਓ ਜਨਾਬ ਥੋੜ੍ਹਾ ਜਿਹਾ ਟੋਰਨ ਲੱਗੇ ਨੇ, ਅਤੇ ਕੜਿਆਲਾ ਜਨਾਬ ਨਵਾਂ, ਅਤੇ ਆਹ ਵੇਖੋ ਐਵੇਂ ਸਾਰਾ ਮਾਲ ਸਮਾਨ ਜਿਹੜਾ ਨਾ, ਇੱਕ ਦੁਮਚੀ ਹੈ। ਹਾਂ, ਲਓ ਜਨਾਬ ਇਹ ਦੁਮਚੀ ਵੀ ਨਾਲ ਜੇ, ਅਤੇ ਕਾਠੀ ਵੀ ਨਾਲ ਜੇ, ਅਤੇ 1,20,000 ਰੁਪਈਆ ਕੀਮਤ ਜੇ ਜੀ। ਅਤੇ ਘੋੜੀ ਦੇ ਨਾਲ 2 ਚੀਜ਼ਾਂ ਫ੍ਰੀ ਜੇ, ਨਾਲ ਦੁਮਚੀ ਵੀ ਹੱਥ 'ਚ ਲਈ ਖੜਾ। 1,20,000 ਦੀ ਜੀ। ਲਓ ਜੀ ਟਰਾਈ ਹੁਣ ਦੇਣ ਲੱਗਿਆ ਜੇ, ਵੇਖਣੀ ਜੇ ਤਾਂ ਇਵੇਂ ਨਾ ਜਾਇਆ ਜੇ, ਟਰਾਈ ਵੇਖ ਕੇ ਜਾਇਆ ਜੇ, ਟਰਾਈ ਫ੍ਰੀ। ਚੱਲ ਲਓ ਜਨਾਬ, ਲਓ ਜੀ ਟਰਾਈਆਂ ਵੇਖੋ ਹੌਂਸਲੇ ਨਾਲ। ਆਹੋ, ਅੱਜ ਰਾਸਾ ਬਰਾਬਰ ਰੱਖਿਆ, ਰਾਸਾ ਬਰਾਬਰ ਰੱਖੀ ਦੀਆਂ ਨੇ, ਲੱਤਾਂ ਨੂੰ ਮੀਚ ਕੇ ਰੱਖ। ਅਸੀਂ ਨਾ ਨਵੇਂ ਨੂੰ ਭੱਜਣ ਤਾਂ ਭਾਵੇਂ ਹੀ ਜਾ ਪੈਣ, ਬੰਦਾ ਫਿਰ ਦੱਸਣਾ ਤਾਂ ਪੈਂਦਾ ਹੀ ਆ। ਮੈਂ ਕਿਹਾ ਨਵੇਂ ਬੰਦੇ। ਲਓ ਜੀ ਮਾਸ਼ਾਅੱਲਾ, ਮਾਸ਼ਾਅੱਲਾ। ਅਸੀਂ ਥੋੜ੍ਹਾ ਜਿਹਾ ਖੁੱਲ੍ਹਾ ਟੋਰ ਖਾਂ, ਖੁੱਲ੍ਹਾ ਨਹੀਂ ਟੋਰ। ਅੱਛਾ, ਲੋਕ ਨਾ ਲਈ ਸੀ ਪਹਿਲੀ ਪਹਿਲੀ ਵਾਰ। ਅੱਛਾ, ਹੁਣ ਫਿਰ ਬਾਹਰ ਚੱਲੇ ਆ। ਅੱਛਾ, ਤੁਸੀਂ ਬਾਹਰੋਂ ਆਏ ਜੇ, ਹੁਣ ਚਲੇ ਜੇ ਲੰਦਨ? ਫਿਰ ਚਲੇ ਜਾਣਾ ਤਾਂ ਹੀ ਕੁੜੀ ਵੇਚਣ ਲੱਗੇ ਆ। ਅੱਛਾ, ਪਿੱਛੇ ਕੇਅਰ ਕਰਨ ਵਾਲਾ ਨਹੀਂ ਆਇਆ। ਬਿਲਕੁਲ ਸਹੀ, ਸਹੀ ਕਹਿ ਰਹੇ ਤੁਸੀਂ। ਲਓ ਜਨਾਬ ਦੇਖੋ ਘੋੜੀ 1,20,000 ਰੁਪਏ ਦੀ ਹੈ। ਅਤੇ ਜਨਾਬ ਅਗਰ ਕਿਸੇ ਨੂੰ ਪਸੰਦ ਆਈ ਹੋਵੇ ਤਾਂ ਅੱਲਾ ਦਿੱਤਾ ਸਾਹਿਬ ਨਾਲ ਰਾਬਤਾ ਕਰ ਸਕਦੇ ਜੇ, ਫੋਨ ਨੰਬਰ ਇਹਨਾਂ ਦਾ ਆ ਗਿਆ, ਨਾਲ ਪਿੰਡ ਦਾ ਵੀ ਐਡਰੈਸ ਉਹਨਾਂ ਨੇ ਦਿੱਤਾ। ਅਤੇ ਲਓ ਜਨਾਬ ਇਸ ਤੋਂ ਬਾਅਦ ਇੱਕ ਹੋਰ ਜਨਾਬ ਤੁਹਾਨੂੰ ਘੋੜੀ ਵਿਖਾਉਂਦੇ ਹਾਂ ਜੀ। ਇਹ ਘੋੜੀ ਖੋਲਤੀ ਮੁਸ਼ਕੇ ਰੰਗ ਦੀ, ਕੱਦ ਇਹਦਾ ਵੀ ਤਕਰੀਬਨ
ਇਹੋ ਕੱਦ ਇਹਨਾਂ ਦੇ ਵਿੱਚ ਉਹ 6 ਗਿੱਠਾਂ ਜੇ ਅਤੇ ਮੱਥੇ ਦੇ ਵਿੱਚ ਛੋਟਾ ਜਿਹਾ ਸਫੇਦ ਜਨਾਬ ਨਿਸ਼ਾਨ ਹੈਗਾ ਅਤੇ ਮੁਸ਼ਕਿਲ ਰੰਗ ਦੀ ਕਨੌਤੀਆਂ ਕੰਨਾਂ ਦੀਆਂ ਤੁਸੀਂ ਦੇਖੋ ਇਹ ਕਿਹੜੀ ਨਸਲ ਹੈ ਜੀ ਸ਼ੇਰੀ ਨਸਲ ਅੱਛਾ ਸ਼ੇਰੀ ਨਸਲ ਅਤੇ ਇਹਦੀ ਜਿਹੜੀ ਉਮਰ ਕਿੰਨੀ ਕੁ ਹੋਏਗੀ ਇਹਦੀ 28 ਸਾਲ ਉਮਰ ਹਾਲੇ ਤਾਂ ਬੱਚੀ ਹੈ ਫਿਰ ਵਛੇਰੀ ਹੈ ਵਛੇਰੀ ਹਾਲੇ ਤਾਂ ਹਾਂ ਵਛੇਰੀ ਬੱਚੀ ਹੈ 28 ਸਾਲ ਦੀ ਵੀ 28 ਸਾਲ ਦੀ ਅਤੇ ਵੀਰ ਜੀ ਇਹਦੇ ਕਿੰਨੇ ਕੁ ਪੈਸੇ ਹੈ ਜੀ ਇਹਦੇ ਤਾਂ 1.5 ਲੱਖ ਰੁਪਏ ਮੰਗਦੇ ਨਹੀਂ ਮੰਗਣ ਨੂੰ ਤਾਂ ਕੋਈ ਨਹੀਂ ਪਿਆਰ ਮੁਹੱਬਤ ਕਰਕੇ ਕਿੰਨੇ ਕੁ ਤਿਕਰ ਦੇ ਦੇਣੀ ਹੈ ਜਿਹੜੀ ਹਲਫ ਗੱਲ ਨਾ 1,20,000 ਤੋਂ ਘੱਟ ਅਗਰ ਤੁਹਾਡੀ ਮਰਜ਼ੀ ਨਹੀਂ ਬਹੁਤ ਸੋਹਣੀ ਗੱਲ ਬਹੁਤ ਸੋਹਣੀ ਨਹੀਂ ਨਹੀਂ ਬਹੁਤ ਸੋਹਣੀ ਗੱਲ ਬਹੁਤ ਸੋਹਣੀ ਗੱਲ ਕੀਤੀ ਉਹਨਾਂ ਨੇ ਹਾਂ ਲਓ ਜੀ 1,20,000 ਰੁਪਇਆ ਜਨਾਬ ਉਹ ਘੋੜੀ ਦਾ ਜਨਾਬ ਮੰਗਦੇ ਨੇ ਮਾਸ਼ਾਅੱਲਾ ਜੀ ਖੂਬਸੂਰਤ ਘੋੜੀ ਹੈ ਜੀ ਅੱਲਾਹ ਪਾਕ ਨਜ਼ਰੇ ਵੱਧ ਤੋਂ ਬਚਾਵੇ ਅਤੇ ਮੱਥੇ ਦੇ ਵਿੱਚ ਛੋਟਾ ਜਿਹਾ ਸਫੇਦ ਜਿਹੜਾ ਨਾ ਉਹ ਸਪਾਟ ਵੀ ਦੇ ਯਾਨੀ ਸਫੇਦ ਤਾਕ ਦੇ ਖੂਬਸੂਰਤ ਘੋੜੀ 1,20,000 ਰੁਪਇਆ ਕਿੰਨਾ ਜੀ 1,20,000 ਰੁਪਇਆ ਅਤੇ ਪੈਰ ਤੁਹਾਨੂੰ ਮੈਂ ਪਿਛਲੇ ਵਿਖਾ ਦੇਣਾ ਮਾਸ਼ਾਅੱਲਾ ਸੋਹਣੀ ਵਛੇਰੀ ਹੈ ਔਰ ਐਲ ਅਗਲੇ ਵੀ ਪੈਰ ਤੁਸੀਂ ਵੇਖੋ ਇਹਦੀਆਂ ਜਨਾਬ ਇਹਦਾ ਕੋਈ ਨੰਬਰ ਸ਼ੰਬਰ ਕੋਈ ਮਿਲ ਸਕਦਾ ਨੰਬਰ ਨੰਬਰ ਦਿਓ ਮੋਬਾਈਲ ਦਾ ਆਪਣਾ 0345-8689-185 ਅਤੇ ਕੀ ਨਾਮ ਕੀ ਆਪਣਾ ਜ਼ਫਰ ਇਕਬਾਲ ਆਪਣੇ ਪਿੰਡ ਦਾ ਐਡਰੈਸ ਵਗੈਰਾ 205 ਲੋਧਰਾ ਬਲੋਤਰਾ ਵਾਲੀ ਇੱਥੇ ਨੇੜੇ ਹੀ ਕਿਧਰੇ ਕਲਿਆਰਾਂ ਦਾ ਪਿੰਡ ਲਓ ਜਨਾਬ ਵੀਡੀਓ ਚੰਗੀ ਲੱਗੀ ਹੋਵੇ ਅਤੇ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਇਸ ਤੋਂ ਇਲਾਵਾ ਜਨਾਬ ਤੁਹਾਨੂੰ ਫਿਰ ਇੱਕ ਹੋਰ ਜਿਹੜਾ ਨਾ ਉਹ ਵਛੇਰੀ ਤੁਹਾਨੂੰ ਦਿਖਾ ਰਹੇ ਹਾਂ ਜੀ ਉਮੀਦ ਕਰਨਾ ਮਾਸ਼ਾਅੱਲਾ ਦੋਵੇਂ ਤੁਹਾਨੂੰ ਜਾਨਵਰ ਜਿਹੜੇ ਨੇ 1,00,000 ਰੁਪਏ 1,20,000 ਰੁਪਏ ਦੀ ਪਹਿਲੀ ਵਛੇਰੀ ਚੈੱਕ ਕੀਤੀ 1,20,000 ਰੁਪਏ ਦੀ ਇਹ ਚੈੱਕ ਤੁਹਾਨੂੰ ਕਰਾਤੀ ਮੁਸ਼ਕੀ ਇਹਦਾ ਜਿਹੜਾ ਕੱਦ ਜਿਹੜਾ ਹੈਗਾ ਜੀ ਉਹ 6 ਕਿੱਠਾ ਕੱਦ ਹੈ ਅਤੇ ਲਓ ਜਨਾਬ ਇੱਕ ਹੋਰ ਜਿਹੜੀ ਹੈ ਇਹ ਵੇਖੋ ਇਹ ਛੋਟੀ ਜਿਹੀ ਵਛੇਰੀ ਹੈ ਲਾਲ ਜਿਹਾ ਕਲਰ ਦੀ ਤੁਹਾਨੂੰ ਵਿਖਾਉਣੇ ਲਓ ਜੀ ਲਾਲ ਰੰਗ ਦੀ ਵਛੇਰੀ ਜੇ ਅਤੇ ਪਿਛਲੇ ਦੋਵੇਂ ਪੈਰ ਧੋਤੇ ਕਿਤੇ ਮਾਸ਼ਾਅੱਲਾ ਤੁਸੀਂ ਦੇਖੋ ਵਛੇਰੀ ਕੱਦ ਦਿਨ ਦਾ ਜਿਹੜਾ ਹੈਗਾ ਹਾਲੇ ਛੋਟਾ ਹੈਗਾ ਜੀ ਉਹ ਤਕਰੀਬਨ ਕੋਈ 5.5 ਕਿੱਠਾਂ ਹੈਗੀਆਂ ਨੇ ਵਛੇਰੀ ਦਾ ਕੱਦ ਅਤੇ ਵੀਰ ਜੀ ਇਹਦੀ ਕਿੰਨੀ ਕੁ ਉਮਰ ਹੈਗੀ ਜੀ ਵੀਹ ਮਹੀਨੇ ਅਤੇ ਕਿੰਨੇ ਪੈਸੇ ਵੀਰ ਜੀ ਮੰਗ ਰਿਹਾ ਜੀ 70,000 ਰੁਪਇਆ ਅੱਛਾ ਸਰ ਨਹੀਂ ਥੋੜ੍ਹਾ ਜਿਹਾ 70,000 ਲਓ ਜੀ 70,000 ਰੁਪਇਆ ਅਤੇ ਦੇਸੀ ਹੈ ਜੀ ਪਿਓਰ ਦੇਸੀ ਅਤੇ ਕੋਈ ਰਾਬਤਾ ਨੰਬਰ ਹੈਗਾ ਜੀ ਕੋਈ ਫੋਨ ਨੰਬਰ ਉਹ ਫੋਨ ਸ਼ੋਨ ਇਹ ਤਾਂ ਅੱਲਾ ਦੇ ਕੰਮ ਨੇ ਜਨਾਬ ਨੰਬਰ ਹੈ ਜੀ ਜੀ 0346 ਜੀ 87-97-87-97 594 ਅਤੇ ਕੀ ਨਾਮ ਕੀ ਇਸਮੇ ਗ੍ਰਾਮੀ ਅਮਾਨੁੱਲਾ ਲਓ ਜੀ ਅਮਾਨੁੱਲਾ ਭਾਈ ਕੋਲੇ ਜੀ ਵਛੇਰੀ 70,000 ਰੁਪਇਆ ਜਨਾਬ ਡਿਮਾਂਡ ਕਰਦੇ ਨੇ ਅਤੇ ਵਿਜ਼ਿਟ ਕਰ ਰਹੇ ਜਨਾਬ ਅਮੀਰਪੁਰ ਬੰਗਲਾ ਜਿਹੜਾ ਕਿ ਫੈਸਲਾਬਾਦ ਤੋਂ ਤਕਰੀਬਨ 20 ਕਿਲੋਮੀਟਰ ਦੇ ਫਾਸਲੇ ਦੇ ਨਾਲ ਵਿਜ਼ਿਟ ਕਰਨਾ ਚਾਹੋ ਤਾਂ ਹਰ ਮਹੀਨੇ ਦੀ 10 ਤਰੀਕ ਨੂੰ ਜਨਾਬ ਇਹ ਮੰਡੀ ਲੱਗਦੀ ਜੇ ਅਤੇ ਮੁਖਤਲਿਫ ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ ਦੇ ਵਿੱਚੋਂ ਜਾਨਵਰ ਜਨਾਬ ਇੱਥੇ ਆਉਂਦੇ ਨੇ ਸੇਲ ਆਊਟ ਹੋਣ ਵਾਸਤੇ ਪਿੰਡਾਂ ਦੇ ਵਿੱਚ ਵੀ ਲੋਕ ਆਉਂਦੇ ਨੇ ਵਪਾਰੀ ਵੀ ਲੈ ਕੇ ਆਉਂਦੇ ਨੇ ਉਹਦੇ ਵਿੱਚ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਇਜਾਜ਼ਤ ਚਾਹਤਾ ਹੂੰ ਨਈ ਵੀਡੀਓ ਮੇਂ ਇਨਸ਼ਾਅੱਲਾ ਫਿਰ ਮੁਲਾਕਾਤ ਹੋਗੀ ਅੱਲਾ ਹਾਫਿਜ਼ ਫੀ ਮਾਨੁੱਲਾ